ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੀਤਾ ਸ਼ਰਮਾ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਰੋਟਰੀ ਕਲੱਬ ਕਨਖਲ ਦੁਆਰਾ ਕੈਦੀਆਂ ਲਈ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ। ਉੱਤਰਾਖੰਡ ਦੇ ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੁਆਰਾ ਕੀਤੀ ਗਈ ਪ੍ਰੈਸ ਕਾਨਫਰੰਸ। ਉੱਤਰਾਖੰਡ ਦੇ ਡੋਈਵਾਲਾ ਇਲਾਕੇ ਵਿੱਚ ਸਫਾਈ ਦਾ ਰੱਖਿਆ ਜਾ ਰਿਹਾ ਵਿਸ਼ੇਸ਼ ਧਿਆਨ। ਸਰਹੰਦ ਦੇ ਵਾਰਡ ਨੰਬਰ 2 ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ। ਲੁਧਿਆਣਾ ਵਿਖੇ ਕੁਝ ਨੌਜਵਾਨਾਂ ਵੱਲੋਂ ਇੱਕ ਮਹਿਲਾ ਤੇ ਉਸਦੇ ਕਿਰਾਏਦਾਰਾਂ ਨਾਲ ਕੀਤੀ ਗਈ ਕੁੱਟਮਾਰ। ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਤੇ ਬੋਲੇ ਰਣਜੀਤ ਸਿੰਘ ਖੋਜੇਵਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਰੋਟਰੀ ਕਲੱਬ ਕਨਖਲ ਦੁਆਰਾ ਕੈਦੀਆਂ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਡਾਕਟਰ ਵਿਸ਼ਾਲ ਗਰਗ ਦੁਆਰਾ 130 ਕੈਦੀਆਂ ਦਾ ਚੈੱਕਅਪ ਕੀਤਾ ਗਿਆ। ਇਹ ਰੋਟਰੀ ਕਲੱਬ ਕਨਖਲ ਕੇ ਮਾਧਿਅਮ ਸੇ ਕਾਰਾਗਾਰ ਮੇਂ ਇੱਕ ਸਵਾਸਥ ਸ਼ਿਵਰ ਕਾ ਆਜ ਆਯੋਜਨ ਕੀਆ ਗਿਆ ਹੈ ਔਰ ਜਿਸਮੇਂ ਯਹਾਂ ਕੈਦੀਓ ਕੇ ਆਂਖੋਂ ਕੀ ਔਰ ਦਾਂਤੋਂ ਕੀ ਜੋ ਹੈ ਜਾਂਚ ਕਰਨੇ ਕੇ ਸਾਥ ਸਾਥ ਉਨਕੋ ਪ੍ਰਾਥਮਿਕ ਉਪਚਾਰ ਵੀ ਇਸ ਕਾਰਾਗਾਰ ਮੇਂ ਇਸ ਕੈਂਪ ਕੇ ਮਾਧਿਅਮ ਸੇ ਪ੍ਰਦਾਨ ਕੀਆ ਜਾ ਰਿਹਾ ਹੈ। ਸਰ, ਕੋਵਿਡ ਕਾ ਖਤਰਾ ਵੀ ਟਲ ਨਹੀਂ ਹੈ, ਕਹਿਣਗੇ ਤੀਸਰੀ ਲਹਿਰ ਆਨੇ ਕੇ ਵੀ ਅੰਦੇਸ਼ਾ ਲਜਤਾ ਜਾ ਰਿਹਾ ਤੋ ਕਿਸ ਤਰ੍ਹਾਂ ਦੀ ਉਹ ਇਤਿਹਾਦ ਵਰਤੀ ਜਾ ਰਹੀ ਹੈ ਜੇਲ੍ਹ ਪ੍ਰਸ਼ਾਸਨ ਦੁਆਰਾ? ਇਸ ਕੋਰੋਨਾ ਵਾਇਰਸ ਕੇ ਪ੍ਰਕੋਪ ਸੇ ਬਚਨੇ ਕੇ ਲੀਏ ਜੋ ਵੀ ਸਾਵਧਾਨੀਆਂ ਹੈ ਜੋ ਵੀ ਪ੍ਰੋਟੋਕੋਲ ਹੈ ਉਸਕੋ ਪੂਰੀ ਤਰੀਕੇ ਸੇ ਇਸ ਕਾਰਾਗਾਰ ਮੇਂ ਵਰਤਾ ਜਾ ਰਿਹਾ ਹੈ ਉਨਕਾ ਜੋ ਪ੍ਰੋਟੋਕੋਲ ਹੈ ਉਸਕਾ ਅਨੁਪਾਲਨ ਕੀਆ ਜਾ ਰਿਹਾ ਹੈ। ਉੱਤਰਾਖੰਡ ਦੇ ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਮੌਕੇ ਨਿੱਜੀ ਸਕੂਲਾਂ ਦੀ ਮਨਮਾਨੀ ਤੇ ਰੋਕ ਲਗਾਉਣ ਲਈ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਫੀਸ ਐਕਟ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਫੀਸ ਐਕਟ ਕਿਸੇ ਕੋ ਲਾਭ ਪਹੁੰਚਾਉਣਾ ਔਰ ਕਿਸੇ ਕੋ ਨੁਕਸਾਨ ਪਹੁੰਚਾਉਣਾ ਇਸ ਉਦੇਸ਼ ਸੇ ਉੱਪਰ ਉੱਠ ਕਰ ਅਭਿਭਾਵਕ ਸੰਘ ਸਭੀ ਹਮਾਰੇ ਜ਼ਿਲ੍ਹੇ ਕੇ DM ਹਮਨੇ ਉਨਕੇ ਮਾਧਿਅਮ ਸੇ ਸਮੀਕਸ਼ਾ ਕਰਾਨੇ ਕੇ ਪਸ਼ਚਾਤ ਟੈਕਨੀਕਲੀ ਸਮੀਕਸ਼ਾ ਕਰਾਨੇ ਕੇ ਪਸ਼ਚਾਤ ਹਮਨੇ ਸ਼ਾਸਨ ਮੇਂ ਮੰਗਾ ਲਿਆ ਔਰ ਉਮੀਦ ਕੀਜੀਏ ਕਿ ਬਹੁਤ ਜਲਦੀ ਸਭੀ ਬਾਧਾਓ ਕੋ ਸਮਾਪਤ ਕਰਤੇ ਹੋਏ ਇਸ ਪ੍ਰਦੇਸ਼ ਕੀ ਆਮ ਜਨਤਾ ਜੋ ਚਾਹਤੀ ਹੈ ਉਸਕੇ ਅਨੁਰੂਪ ਹਮ ਫੀ ਐਕਟ ਲਾਣੇ ਜਾ ਰਹੇ। ਉੱਤਰਾਖੰਡ ਦੇ ਡੋਈਵਾਲਾ ਇਲਾਕੇ ਵਿੱਚ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ। ਗ੍ਰਾਮ ਪੰਚਾਇਤ ਰਾਣੀ ਪੋਖਰੀ ਦੇ ਪ੍ਰਧਾਨ ਸੁਧੀਰ ਰਤੂੜੀ ਨੇ ਆਖਿਆ ਕਿ ਉਹਨਾਂ ਦਾ ਉਦੇਸ਼ ਗ੍ਰਾਮ ਸਭਾ ਰਾਣੀ ਪੋਖਰੀ ਨੂੰ ਸਫਾਈ ਦੇ ਮਾਮਲੇ 'ਚ ਨੰਬਰ 1 ਬਣਾਉਣਾ ਹੈ। ਜੋ ਸ਼ੁਰੂ ਸੇ ਹੀ ਜਬ ਸੇ ਹਮ ਪ੍ਰਧਾਨ ਬਣੇ ਥੇ ਹਮਾਰਾ ਜੋ ਪੂਰੇ ਟੀਮ ਮੇਰੀ ਜੋ ਬਾਡੀ ਹੈ ਪੰਚਾਇਤ ਕੀ ਵਾਰਡ ਮੈਂਬਰਸ ਔਰ ਕੁਛ ਲੋਕ ਹਮਾਰੇ ਤੋ ਹਮ ਸ਼ੁਰੂ ਸੇ ਸਵੱਛਤਾ ਪੇ ਪ੍ਰਤੇਕ ਵਾਰਡੋ ਮੇਂ ਲਗੇ ਹੋਏ ਹੈ ਔਰ ਘਰ ਘਰ ਸੇ ਹਮਾਰੀਆਂ 4 ਗਾੜੀਆਂ ਹਮਾਰੀਆਂ ਸੇ ਚੱਲ ਰਹੀ ਹੈ ਜੋ ਘਰ ਘਰ ਸੇ ਕੂੜਾ ਉਠਾਤੀ ਹੈ ਔਰ ਲੋਗੋ ਸੇ ਬਾਰ ਬਾਰ ਯਹੀ ਅਪੀਲ ਕਰਨਾ ਹੈ ਕਿ ਕੂੜੇ ਕੋ ਬਾਹਰ ਇਧਰ ਉਧਰ ਨਾ ਫੇਂਕੇ ਔਰ ਪਲਾਸਟਿਕ ਕਾ ਪ੍ਰਯੋਗ ਬਿਲਕੁਲ ਨਾ ਕਰੇ ਔਰ ਇਸੀ ਸਵੱਛਤਾ ਪੇ ਹਮ ਲੋਗੋ ਨੇ ਜਗ੍ਹਾ ਜਗ੍ਹਾ ਸਫਾਈ ਅਭਿਆਨ ਲਗਾ ਰੱਖੇ ਹੈ ਕੁਛ ਸਫਾਈ ਕਰਮਚਾਰੀ ਵੀ ਲਗਾ ਰੱਖੇ ਹੈ ਔਰ ਲੋਗੋ ਸੇ ਘਰੋਂ ਘਰੋਂ ਪਰ ਜਾ ਕੇ ਵੀ ਬੋਲਾ ਜਾ ਰਿਹਾ ਹੈ ਪੋਂਪਲੇਟ ਕੇ ਮਾਧਿਅਮ ਸੇ ਅਨਾਊਂਸਮੈਂਟ ਕੇ ਮਾਧਿਅਮ ਸੇ ਹਮ ਲੋਗ ਬਾਰ ਬਾਰ ਲੋਗੋ ਕੋ ਪ੍ਰੇਰਿਤ ਕਰ ਰਹੇ ਹੈ ਕਿ ਆਪ ਕੂੜਾ ਇਧਰ ਉਧਰ ਨਾ ਡਾਲੇ ਔਰ ਕੂੜਾ ਕੂੜੇ ਵਾਲੀ ਗਾੜੀ ਪੇ ਡਾਲੇ ਔਰ ਸਵੱਛਤਾ ਕਾ ਵਿਸ਼ੇਸ਼ ਧਿਆਨ ਦੇ ਔਰ ਇਸੀ ਮੈਂ ਹਮ ਲੋਗੋ ਨੇ ਜੋ ਹੈ ਵੀ ਸਰਹੰਦ ਦੇ ਵਾਰਡ ਨੰਬਰ 2 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗਿੱਧਾ ਪਾਇਆ ਗਿਆ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਅਸੀਂ ਇੱਥੇ ਸਾਰੀ ਤੀਆਂ ਦੀ ਸੈਲੀਬ੍ਰੇਸ਼ਨ ਲਈ ਇਕੱਠੇ ਹੋਏ ਹਾਂ ਜਿਹੜਾ ਕਿ ਆਪਣੇ ਪੁਰਾਣੇ ਸੱਭਿਆਚਾਰ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਆਫ ਤਿਉਹਾਰ ਸੀਗਾ। ਹੁਣ ਵੈਸਟਰਨ ਕਲਚਰ ਦੇ ਵਿੱਚ ਆ ਕੇ ਸਾਰੇ ਇਸ ਨੂੰ ਭੁੱਲਦੇ ਜਾ ਰਹੇ ਨੇ। ਸਾਰੇ ਤਿਉਹਾਰ ਜਿਵੇਂ ਮਾਲਪੂੜੇ ਬਣਦੇ ਸੀ ਆਹ ਟਾਈਮ ਦੇ ਵਿੱਚ ਸਪੈਸ਼ਲਿਟੀ ਸੀਗੀ, ਸਾਰੇ ਲੋਕ ਇਹ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹੈ। ਇੱਕ ਉਪਰਾਲਾ ਕੀਤਾ ਵੀ ਉਹ ਚੀਜ਼ ਨੂੰ ਜਿਉਂਦਾ ਰੱਖਿਆ ਜਾਵੇ, ਹੁਣ ਦੀ ਜਿਹੜੀ ਅੱਗੇ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਵੇ, ਇਹਦੀ ਇੰਪੋਰਟੈਂਸ ਪਤਾ ਹੋਵੇ ਵੀ ਇਹ ਚੀਜ਼ ਕੀ ਹੈ। ਇਸ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਅਤੇ ਇਹਨੂੰ ਅਸੀਂ ਮਨਾਉਣ ਦਾ ਯਤਨ ਕਰਦੇ ਹਾਂ। ਅਸੀਂ ਸਾਰਿਆਂ ਨੇ ਅੱਜ ਤੀਆਂ ਦਾ ਤਿਉਹਾਰ ਜੋ ਕਿ ਆਪਣੇ ਪੁਰਾਣੇ ਸੱਭਿਆਚਾਰ ਦੇ ਰਾਹੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਸਾਉਣ ਦੇ ਮਹੀਨੇ ਦੇ ਵਿੱਚ ਇਹ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਕਿ ਅਸੀਂ ਸਾਰੀਆਂ ਵਾਰਡ ਨੰਬਰ 2 ਵਿੱਚ ਤੀਆਂ ਦੀਆਂ ਤਿਉਹਾਰ ਨੂੰ ਕੁੜੀਆਂ ਨੇ ਚਿੜੀਆਂ ਨੇ ਸਾਰੀਆਂ ਨੇ ਰਲ ਮਿਲ ਕੇ ਬਹੁਤ ਖੁਸ਼ੀ ਨਾਲ ਮਨਾਇਆ ਹੈ, ਜਿਸ ਦੇ ਵਿੱਚ ਅਸੀਂ ਗਿੱਧਾ ਭੰਗੜਾ ਲੋਕ ਬੋਲੀਆਂ ਪਾਈਆਂ ਨੇ ਤਾਂ ਕਿ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਜੋ ਕਿ ਅੱਜ ਕੱਲ੍ਹ ਆਪਣੇ ਨਵੇਂ ਜਨਰੇਸ਼ਨ ਆ ਜੋ ਕਿ ਆਪਣੇ
लुधियाना विखे कुछ नौजवानों वालों एक महिला से उसके किराएदार कुटमार की गई है। यह नौजवान डीजे लगा के हुल्लड़बाजी कर रहे थे जिन्होंने रोकण से उन्होंने वालों इस महिला कुटमार की गई है। हाँ जी, मेरा नाम मनीता है, मैं सुभाष नगर की रहने वाली हूँ। साढ़े महल चो जे सामने रहने वाले आ पार्टी कर रहे थे, डीजे उन्होंने लगया होया, बर्थडे मना रहे थे छोटे जे बच्चे का, तो वह पार्टी कर रहे थे, खुलेआम शराब पी रहे थे, नशे चो सके, पता नहीं की होया उन्होंने लड़ाई की करते करते छड़ाई ली। साढ़े जो भी है किराएदार बंदे वो गए, वह यानी कि उन्होंने छड़ के साढ़े उत्ते यानी कि साढ़े अंदर बढ़ के रोड़े पत्थर बरसाए, पता नहीं हथियार भी सीगा कुछ यानी कि मार रहे थे, मेरे बच्चे दे भी सट लग सकता सीगा, तो बड़े बड़े रोड़े बरसा रहे थे। साढ़े को दरखास्त आई 12:30 बजे, वो असी चीज़ वेरीफाई करें, जोड़ा भी ये कानून अनुसार बनती कार्रवाई करा पर्चा दर्ज करके। सर डीजे रात में चला सकते हैं? नहीं, डीजे तो बिल्कुल बंद रहे, तो घट तो घट 50-60 लड़के थे जो कि हंगामा कर रहे हैं, वीडियो वायरल हुई हुई है साढ़े को आई हुई है, तो वो कहते अजे तक पुलिस वाले साढ़े को सवेर के अजे तक आए नहीं, रात का मामला थी। नहीं, रात का मैं तो 11:30-12 बजे दरखास्त आई सी, जो दरखास्त जो ड्यूटी अफसर होंगे सवेरे 8 बजे चल जाता, दोबारा शामी 4 बजे आता है, अब साढ़े काम काफ़ी से जो पेंडिंग से, कोई गल नहीं अच्छ बनती अच्छी कार्रवाई हो जाएगी। की कार्रवाई होगी जो बनती हुई? अकाली आगू विक्की मिड्डू खेड़ा का कुछ अणपछाते व्यक्तियों वालों कतल कर दिता गया सी। ते श्रोमणी अकाली दल के PAC मैंबर रणजीत सिंह खोजेवाल वालों इस घटना को लैके पंजाब सरकार ते जेल मंत्री दे सवाल चुके गए ने। पंजाब दे विच जंगल राज वर्गी पोजिशन बनी हुई है, साडा बहुत ही प्यारा मित्र विक्की मिड्डू खेड़ा जी हाले छोटी उम्र के उसने बहुत बड़ियां प्राप्तियां कीतियां, स्टूडेंट ऑर्गेनाइजेशन का ऑफ द इंडिया का प्रधान सी, बहुत चंगा हसमुख ते खुशदिल बंदा सी, पर जेलों के बैठे जो सूत्रों को पता लगा जो गैंगस्टर आ वो यह वारदातों को अंजाम दे रहे हैं। पंजाब दे विच कोई भी सुरक्षित नहीं है, इसकी जिम्मेवारी जिहड़ी आ वह पंजाब सरकार की जेल मंत्री की बनती है, पर पंजाब सरकार हर फ्रंट के उपर बुरी तरह फेल हो चुकी है। यह सी अज दी मुख खबरां, नवीं ते ताज़ियां खबरां लैके जल्द हाजिर होवांगे, तद तक वेखते रहो एवन पंजाबी TV ते मैनू दो इजाजत, धन्यवाद। फ्री लीफ आयुर्वैदिक ऑयल 125 बीमारियां का संपूर्ण इलाज, जिमें गठिया, सर्वाइकल, माइग्रेन अते शरीर विच किसी भी किस्म की दर्द क्यों ना हुंदी होवे, इत्थों तक कि ब्लॉकेज दे नाल बनिया कई बीमारियां का इक्को एक इलाज है फ्री रिलीफ आयुर्वैदिक ऑयल, यानी कि 125 बीमारियां का संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियांदा है रौनक। फ्री रिलीफ पावर, कब्ज़ तो परेशान होने की हुण जरूरत नहीं है, कब्ज़ तो छुटकारा पाउण लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा, वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।